ਬਣਦੇ ਪਏ ਆ ਹਰ ਗਲੀ ਗਲੀ ਹਰ ਘਰ ਘਰ 'ਚ, ਅਤੇ ਇੰਨੇ ਸਾਲਾਂ ਬਾਅਦ ਰਾਮ ਜੀ ਦਾ ਵਾਪਸ ਆਉਣਾ ਇਹ ਬਹੁਤ ਵੱਡੀ ਗੱਲ ਹੈ। ਅਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗਿਆਵਤੀ ਸਮਝਦੇ ਹਾਂ ਕਿ ਸਾਡੇ ਵੀ ਕਦਮਾਂ 'ਚ ਇਹ ਰਾਮ ਦੂਤਾਂ ਦਾ ਆਉਣਾ ਸੀ, ਅਤੇ ਅਸੀਂ ਬਹੁਤ ਹੀ ਖੁਸ਼ ਹਾਂ। ਕੁਛ ਸਮਾਂ ਪਹਿਲਾਂ ਮੇਰੇ ਘਰ ਰਾਮ ਦੂਤ ਲੈ ਕੇ ਆਏ ਆ, ਅਕਸ਼ਿਤ ਅਤੇ ਪੁਸ਼ਪ ਲੈ ਕੇ ਆਏ ਆ, ਅਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਮਈ ਮਾਹੌਲ ਬਣਿਆ ਹੋਇਆ ਹੈ, ਅਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ। ਸਾਡੇ ਰਾਮ ਜੀ ਦਾ ਪਹਿਲਾਂ ਉੱਥੇ ਕਿ ਸਿਰਫ ਨਕਸ਼ਾ ਰੱਖਿਆ ਦਾ ਸੀ ਜੀ, ਅਤੇ ਉਹ ਨਕਸ਼ਾ ਹੀ ਦੇਖਿਆ ਤਾਂ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ ਰਾਮ ਰਾਮ ਪੱਥਰਾਂ 'ਤੇ ਲਿਖ ਰਹੇ ਸਾਰੇ ਭਗਤ, ਅਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ ਰਾਮ ਰਾਮ ਦੇ, ਅਤੇ ਅੱਜ ਉਹ ਤਿਆਰ ਹੋ ਗਿਆ। ਬਹੁਤ ਖੁਸ਼ੀ ਦੀ ਗੱਲ ਹੈ, ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਸਾਰੇ ਸ਼ਹਿਰ ਦੀਆਂ ਲੇਡੀਜ਼ ਇੰਨੀ ਸਰਦੀ ਦੇ ਬਾਵਜੂਦ ਵੀ ਪੂਰਾ ਨਾਲ ਘੁੰਮਾ ਕੇ ਆਈਆਂ, ਅਤੇ ਦੇਖ ਕੇ ਬਹੁਤ ਹੀ ਆਨੰਦ ਆਇਆ, ਅਤੇ ਅਸੀਂ ਇਹੀ ਚਾਹਾਂਗੇ ਕਿ ਹੁਣ ਇਹ ਸਭ ਕੁਛ ਇੱਦਾਂ ਹੀ ਵਧੀਆ ਅੱਗੇ ਚੱਲਦਾ ਰਹੇ। ਅਸੀਂ ਬਹੁਤ ਹੀ ਖੁਸ਼ ਹੋਏ ਹਾਂ, ਅਸੀਂ ਸ਼ੁਕਰ ਕਰਦੇ ਹਾਂ ਮਾਲਕ ਦਾ। ਇਹ ਘੜੀ ਆਈ ਹੈ 22 ਤਰੀਕ ਨੂੰ, ਅਸੀਂ ਬਹੁਤ ਹੀ ਭਵੇ ਪ੍ਰੋਗਰਾਮ ਕਰਨ ਜਾ ਰਹੇ ਹਾਂ ਧਾਰੀਵਾਲ ਬੱਸ ਸਟੈਂਡ ਦੇ ਵਿੱਚ। ਬਾਹਰ ਦੇ ਲੋਕ ਵੀ ਇਹਦਾ ਬਹੁਤ ਸਮਰਥਨ ਕਰਦੇ ਪਏ ਆ, ਅਤੇ ਸਾਡੇ ਧਾਰੀਵਾਲ 'ਚ ਵੀ ਬਹੁਤ ਖੁਸ਼ੀ ਦਾ ਆਨੰਦ ਹੈ। ਰਾਮ ਰਾਮ ਸਾਡੇ ਅੰਦਰ ਬਾਹਰ ਹੈ, ਖੁਸ਼ੀਆਂ ਪ੍ਰਾਪਤ ਕਰਨ, ਰਾਮ ਜੀ ਦੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਜੈ ਸ਼੍ਰੀ ਰਾਮ।